ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ। ਲੁਧਿਆਣਾ ਦੀਆਂ 25 ਜ਼ਿਲ੍ਹਾ ਪਰਿਸ਼ਦ ਸੀਟਾਂ 'ਚੋਂ ਕਾਂਗਰਸ ਨੇ 22 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਬਲਾਕ ਸੰਮਤੀ ਦੀਆਂ 229 ਸੀਟਾਂ 'ਚੋਂ ਕਾਂਗਰਸ ਨੇ 182 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਰੂਪਨਗਰ ਦੀਆਂ 10 ਜ਼ਿਲ੍ਹਾ ਪਰਿਸ਼ਦ ਸੀਟਾਂ 'ਤੇ ਕਾਂਗਰਸੀ ਉਮੀਦਵਾਰ ਜੇਤੂ ਰਹੇ ਹਨ, ਜਦਕਿ ਬਲਾਕ ਸੰਮਤੀ ਦੀਆਂ 95 ਸੀਟਾਂ 'ਚੋਂ 87 ਸੀਟਾਂ 'ਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਮੌਕੇ ਜੇਤੂ ਉਮੀਦਵਾਰਾਂ ਨੇ ਸਮੂਹ ਵੋਟਰਾਂ ਦਾ ਉਹਨਾਂ ਨੂੰ ਜਿਤਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਹਰਜੀਤ ਕੌਰ ਬਲੀਵਾਲ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ ਹਾਂ, ਅਤੇ ਮੈਂ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਔਰ ਸਪੋਰਟ ਕੀਤਾ ਔਰ ਜੇਤੂ ਕੀਤਾ, ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ। ਹਰਪ੍ਰੀਤਮ ਸਿੰਘ ਗਿੱਲ, ਮੰਗਲੀ ਉੱਚੀ, ਪਿੰਡ ਦਸ਼ਮੇਸ਼ ਕਲਾਂ। ਮੈਂ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜਿਤਾਇਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਅਤੇ ਕੰਮ ਥੋੜ੍ਹੇ ਮੋਟੇ ਰਹਿੰਦੇ ਆ, ਪਹਿਲੇ ਸਾਡੀਆਂ ਸਰਕਾਰਾਂ ਵੇਲੇ ਕਾਂਗਰਸ ਨੇ ਆ ਕੇ ਰੋਕਤੇ ਸੀ, ਅਸੀਂ ਉਹਨੂੰ ਪੂਰੀ ਕੋਸ਼ਿਸ਼ ਕਰਾਂਗੇ ਕੰਮ ਕਰਵਾਉਣ ਦਾ ਇਸ ਰਾਜ ਦੇ ਵਿੱਚ ਜਿਹੜਾ ਕਾਂਗਰਸ ਦਾ ਰਾਜ ਚੱਲ ਰਿਹਾ। ਅਤੇ ਜੇ ਸਾਨੂੰ ਬਾਈ ਚਾਂਸ ਧਰਨੇ ਵੀ ਲਾਉਣੇ ਪਏ ਤਾਂ ਅਸੀਂ ਧਰਨੇ ਵੀ ਲਾਵਾਂਗੇ ਕੰਮਾਂ ਦੀ ਖਾਤਰ। ਅਤੇ ਵੋਟਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਜਿਤਾਇਆ। ਮਾਤਾ ਜੀ ਜਸਵੀਰ ਕੌਰ ਬਲਾਕ ਕੱਕਾ ਤੋਂ ਜੀ ਜੇਤੂ, ਸ਼੍ਰੋਮਣੀ ਅਕਾਲੀ ਦਲ ਤੋਂ ਜੇਤੂ ਹੋਏ ਆ, ਅੱਜ ਸਾਨੂੰ ਸਰਟੀਫਿਕੇਟ ਜਾਰੀ ਕੀਤਾ। ਅਕਾਲੀ ਦਲ ਨੇ ਬਹੁਤ ਕੰਮ ਕੀਤੇ ਹੋਏ ਆ ਜੀ, ਵਿਕਾਸ ਬਹੁਤ ਕੀਤਾ ਹੋਇਆ, ਉਹਦੇ ਕਰਕੇ ਮਤਲਬ ਵੋਟਾਂ ਸਾਡਾ ਕੱਕਾ ਜੋਨ ਤੋਂ ਅਸੀਂ ਵਧੀਆ ਜਿੱਤ ਪ੍ਰਾਪਤ ਕੀਤੀ ਆ ਜੀ। ਹਰੇਕ ਬੰਦਾ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕਰਨਾ ਚਾਹੁੰਦਾ ਹੈ, ਕਿਉਂਕਿ ਉਸ ਕੈਪਟਨ ਨੇ ਸਭ ਤੋਂ ਵਧੀਆ ਪੰਜਾਬ ਵਿੱਚ ਵਧੀਆ ਤੋਂ ਵਧੀਆ ਕੰਮ ਕੀਤੇ ਆ। ਅਤੇ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਕਿ ਜੋ ਪੰਜਾਬ ਦਾ ਭਲਾ ਕਰ ਸਕਦੀ ਹੈ। ਮੈਂ ਵੋਟਰਾਂ ਸਾਰੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਸਾਰੇ ਪੰਜਾਬ ਦਾ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਕਰਕੇ ਉਹਨਾਂ 'ਤੇ ਭਰੋਸਾ ਕਰਕੇ ਕਾਂਗਰਸ ਦੇ ਵੋਟ ਪਾਈ ਅਤੇ ਉਹਨਾਂ ਨੂੰ ਕਾਮਯਾਬ ਕੀਤਾ। ਅਤੇ ਮੈਂ ਆਪਣੇ ਵੱਲੇ ਉਹ ਵੀ ਆਪਣੇ ਕੈਂਡੀਡੇਟ ਆਪਣੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਅੱਗੇ ਸਾਨੂੰ ਉਮੀਦ ਹੈ ਕਿ ਆਉਣ ਵਾਲੀ ਲੋਕ ਸਭਾ 'ਤੇ ਵੀ ਸਾਡੇ ਲੋਕ ਦੇ ਯਕੀਨ ਕਰਨਗੇ।